ਉਹਨਾਂ ਦੀਆਂ ਵਾਰਤਾਵਾਂ ਤੋਂ ਪਤਾ ਲੱਗਦਾ ਉਸ ਵੇਲੇ ਜਦੋਂ ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਸੰਸਾਰੀ ਘੱਟ ਭਟਕੇ ਸਨ, ਧਰਮੀ ਜ਼ਿਆਦਾ ਭਟਕੇ ਹੋਏ ਸਨ। ਜਿੰਨੀਆਂ ਸਾਖੀਆਂ ਨੇ ਦੱਸਦੀਆਂ, ਕਿਉਂਕਿ ਜਦੋਂ ਸਤਿਗੁਰੂ ਵਰਤਦੇ ਨੇ ਤੁਰਦੇ ਨੇ ਤੇ ਉਹਨਾਂ ਸਾਰੀਆਂ ਹੀ ਘਟਨਾਵਾਂ ਦਾ ਜੋੜ ਲਾ ਕੇ ਵੇਖੀਏ, ਉਹਦੇ ਵਿੱਚ ਮਾਇਆਧਾਰੀ ਸੰਸਾਰੀ ਮਨੁੱਖ ਕੰਮ ਕਾਰ ਕਰਨ ਵਾਲਿਆਂ ਨਾਲ ਬਿਲਕੁਲ ਘੱਟ ਵਾਰਤਾ, ਉਹਨਾਂ ਨੂੰ ਘੱਟ ਸਮਝਾਇਆ। ਉਹਨਾਂ ਵਿੱਚ ਸਿਰਫ ਇੱਕ ਵਿਅਕਤੀ ਆਉਂਦਾ ਲਾਹੌਰ ਦੀ ਧਰਤੀ ਤੇ, ਦੁਨੀ ਚੰਦ, ਦੋ ਚਾਰ ਹੋਰ ਹੋਣਗੇ, ਨਹੀਂ ਤੇ ਬਾਕੀ ਦੇ ਸਾਰੇ ਪੰਡਿਤ ਮੁੱਲਾ, ਕਿਤੇ ਜੋਗੀ ਹੈ, ਕਿਤੇ ਕੋਈ ਤਪਸਵੀ ਹੈ, ਕਿਤੇ ਕੋਈ ਸ਼ਰਾਧ ਕਰ ਰਿਹਾ, ਕਿਤੇ ਕੋਈ ਤੀਰਥਾਂ ਤੇ ਜਾ ਰਿਹਾ। ਇਹਦਾ ਮਤਲਬ ਸੀ ਕਿ ਉਸ ਵੇਲੇ ਧਰਮੀ ਬਹੁਤੇ ਭਟਕੇ ਸਨ, ਸੰਸਾਰੀ ਘੱਟ ਭਟਕੇ ਸਨ। ਔਰ ਸਤਿਗੁਰਾਂ ਨੂੰ ਇਹ ਵੀ ਪਤਾ ਸੀ ਕਿ ਇਹ ਜਿਹੜੇ ਧਰਮੀ ਆਗੂ ਨੇ ਔਰ ਧਾਰਮਿਕ ਕੇਂਦਰ ਨੇ, ਸਾਰਾ ਧਰਮ, ਸਾਰੇ ਲੋਕ ਇਹਨਾਂ ਨਾਲ ਜੁੜੇ ਹੋਏ, ਇੱਥੋਂ ਸਿੱਖਿਆ ਲੈ ਕੇ ਜਾਂਦੇ ਨੇ, ਇਹਨਾਂ ਦੇ ਅਨੁਸਾਰ ਤੁਰਦੇ ਨੇ। ਜੇ ਇਹਨਾਂ ਨੂੰ ਬਦਲ ਦਿੱਤਾ ਜਾਏ ਤਾਂ ਸਾਰੀ ਧਰਤੀ ਦੇ ਲੋਕਾਂ ਦਾ ਉਪਦੇਸ਼, ਕਿਉਂਕਿ ਇਹ ਧਾਰਮਿਕ ਜਿਹੜੇ ਥਾਂ ਹੁੰਦੇ ਨੇ, ਇਹ ਮਨੁੱਖ ਨੂੰ ਇੱਕ ਤਰ੍ਹਾਂ ਨਾਲ ਸ਼ਕਤੀ ਮਿਲਦੀ ਹੈ, ਇੱਥੋਂ ਵਿਚਾਰਾਂ ਦੀ ਸ਼ਕਤੀ ਮਿਲਦੀ ਹੈ। ਜਿਵੇਂ ਆਪਾਂ ਜਿਵੇਂ ਦੀ ਸੰਗਤ ਕਰਦੇ ਹਾਂ, ਹਜ਼ੂਰ ਨੇ ਸਾਨੂੰ ਗੁਰੂ ਘਰ ਦਿੱਤੇ, ਗੁਰਦੁਆਰੇ ਦਿੱਤੇ, ਗੁਰਦੁਆਰਿਆਂ ਵਿੱਚ ਜਿਵੇਂ ਦੀ ਵਿਚਾਰਧਾਰਾ ਚੱਲੇਗੀ, ਸੁਣਨ ਵਾਲਿਆਂ ਦੇ ਮਨ ਉਸ ਪਾਸੇ ਵੱਲ ਨੂੰ ਢਲਦੇ ਜਾਣ, ਉਸ ਤਰ੍ਹਾਂ ਦੀ ਬਿਰਤੀ ਬਣਦੀ ਜਾਏਗੀ। ਤਾਂ ਹਜ਼ੂਰ ਨੇ ਵੇਖਿਆ ਜਿਹੜੇ ਇਸ ਤਰ੍ਹਾਂ ਦੇ ਸਿੱਧ ਨੇ, ਜੋਗੀ ਹਨ, ਇਹ ਕਿਹੜੇ ਰਾਹ 'ਤੇ ਜਾ ਰਹੇ ਨੇ, ਉਹਨਾਂ ਨੂੰ ਜਾ ਕੇ ਮਾਰਗ ਦੱਸਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਇਹਨਾਂ ਦੇ ਪਿੱਛੇ ਤੁਰਨ ਵਾਲੇ ਲੱਖਾਂ ਲੋਕ, ਹਜ਼ਾਰਾਂ ਲੋਕ ਸਿੱਧੇ ਮਾਰਗ 'ਤੇ ਆਣ। ਅੱਜ ਦੀ ਪੌੜੀ ਦੀ ਵਾਰਤਾ ਸੁਮੇਰ ਪਰਬਤ ਨਾਲ, ਜਿਹੜੀ ਹਿਮਾਲਿਆ ਦੇ ਉੱਤੇ, ਜਿੱਥੇ ਬਹੁਤ ਸਾਰੇ ਸਿੱਧ ਰਹਿੰਦੇ ਸਨ। ਇਹ ਇੱਕ ਫਿਰਕਾ, ਇਹਨਾਂ ਦੇ 12 ਫਿਰਕੇ, ਉਹਨਾਂ ਵਿੱਚ ਕਈ ਪ੍ਰਕਾਰ ਦੇ ਯੋਗੀ, ਕਈ ਪ੍ਰਕਾਰ ਦੇ ਸਿੱਧ, ਉਹਨਾਂ ਦੀਆਂ ਕਈ ਪ੍ਰਕਾਰ ਦੀਆਂ ਸਾਧਨਾਵਾਂ। ਇਹਨਾਂ ਦਾ ਸਿਰਫ ਇੱਥੋਂ ਤੱਕ ਸਾਧਨ ਸੀ ਕਿ ਤੁਸੀਂ ਬੈਠ ਕੇ ਆਪਣਾ ਧਿਆਨ ਜੋੜੋ, ਸਵਾਸ ਚੜ੍ਹਾਓ, ਆਪਣੇ ਸਵਾਸ ਸੋਧੋ, ਯੋਗ ਦੁਆਰਾ ਸਰੀਰ ਦੀ ਸ਼ੁੱਧੀ ਕਰੋ, ਸਰੀਰ ਨੂੰ ਸੋਧ ਕੇ ਧਿਆਨ ਪਕਾਓ, ਅਤੇ ਧਿਆਨ ਦੁਆਰਾ ਸਰੀਰ ਵਿੱਚ ਪਈਆਂ ਹੋਈਆਂ ਰਿੱਧੀਆਂ ਸਿੱਧੀਆਂ ਨੂੰ ਵਰਤਣ ਦੀ ਜਾਚ ਸਿੱਖੋ। ਕਿਸੇ ਨੂੰ ਵਰ ਦਿਓ, ਕਿਸੇ ਨੂੰ ਸ਼ਰਾਪ ਦਿਓ, ਸਮਾਧੀ ਲਾਓ, ਉਮਰ ਵਧਾ ਲਓ, ਇਹ ਸਾਰੇ ਇਹਨਾਂ ਦੇ ਕਰਤੱਵ ਸਨ। ਜਿਹੜਾ ਯੋਗ ਮਤ ਹੈ, ਇਹ ਪ੍ਰੇਮ ਤੋਂ ਹੀਣ ਹੈ, ਪਰਮਾਤਮਾ ਨੂੰ ਨਹੀਂ ਮੰਨਦਾ। ਇਉਂ ਕਹਿ ਲਓ ਇੱਕ ਵਿਗਿਆਨਕ ਕਿਰਿਆ ਯੋਗ ਜਿਹੜੀ, ਜਿਵੇਂ ਵਿਗਿਆਨਕ ਪੂਰੀ ਤਰ੍ਹਾਂ ਵੇਖ ਵੇਖ ਕੇ ਕੰਮ ਕਰਦੇ ਨੇ, ਇਹ ਸਰੀਰ ਦੀਆਂ ਸਾਰੀਆਂ ਨਾੜੀਆਂ ਸੋਧਦੇ ਨੇ, ਸਰੀਰ ਦੀਆਂ ਨਾੜੀਆਂ ਸਾਫ਼ ਕਰਦੇ ਨੇ, ਸਵਾਸ ਨੂੰ ਤਰੀਕੇ ਨਾਲ ਲੈਂਦੇ ਨੇ, ਸਵਾਸ ਖਿੱਚ ਖਿੱਚ ਕੇ ਲੈਂਦੇ ਨੇ। ਇਸੇ ਨੂੰ ਕਈ ਵਾਰੀ ਸਾਡੇ ਵਿੱਚ ਵੀ ਕੁਝ ਸੱਜਣ ਉਹਨਾਂ ਦੇ ਅਨੁਸਾਰ ਕੰਮ ਕਰਦੇ ਨੇ। ਵੈਸੇ ਯੋਗ ਇੱਕ ਵਿਗਿਆਨ ਹੈ ਸਰੀਰ ਦਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਧਰਮ ਨਹੀਂ, ਧਰਮ ਇੱਕ ਅਗਲੀ ਚੀਜ਼ ਹੈ, ਪ੍ਰਭੂ ਨੂੰ ਪ੍ਰੇਮ ਕਰਨਾ, ਉਹਦੇ ਨਾਲ ਪ੍ਰੀਤ ਪਾਉਣੀ, ਉਹਦੇ ਨਾਲ ਭਿਰਖੜੀ ਪਾਉਣੀ। ਇਹ ਤਾਂ ਇੱਕ ਸਰੀਰ ਦੀ ਕਿਰਿਆ, ਸਰੀਰ ਦਾ ਕੰਮ ਹੈ, ਭਾਉ ਭਗਤੀ ਨਹੀਂ ਹੈ, ਪ੍ਰੇਮ ਨਹੀਂ ਇਹਦੇ ਵਿੱਚ। ਜਿਵੇਂ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਕ ਲੰਬੀ ਅਸ਼ਟਪਦੀ ਵਿੱਚ ਜ਼ਿਕਰ ਕਰਦੇ ਨੇ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ। ਨਿਵਲ ਭੁਯੰਗਮ, ਪੇਟ ਦੀਆਂ ਨਾੜੀਆਂ, ਉਹਨਾਂ ਨੂੰ ਸਾਫ਼ ਕੀਤਾ ਅੰਦਰੋਂ ਯੋਗ ਦੁਆਰਾ। ਕਹਿਣ ਲੱਗੇ ਇਹ ਕੰਮ ਕਰਨ ਦੇ ਨਾਲ ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ,
ਇਹਦੇ ਨਾਲ ਅਹੰਕਾਰ ਦੀ ਸਮਾਪਤੀ ਨਹੀਂ ਹੋਈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਸਰੀਰ ਨੂੰ ਸੋਧਣਾ ਵੈਸੇ ਚੰਗਾ ਹੈ, ਪਰ ਜੇ ਮਨ ਤੱਕ ਗੱਲ ਨਹੀਂ ਜਾਂਦੀ ਤੇ ਮਨ ਉਸੇ ਤਰ੍ਹਾਂ ਬਣਿਆ ਰਹਿੰਦਾ। ਜਿਵੇਂ ਕਿ ਉਦਾਹਰਣ ਦਿੱਤੀ, ਕਹਿੰਦੇ ਸਾਂਪ ਕੁੰਚ ਛੋਟਾ ਬਿਖ ਨਹੀਂ ਛੱਡਦਾ। ਕੋਈ ਬੰਦਾ ਆਪਣੇ ਸਰੀਰ ਦੀ ਸਫਾਈ ਕਰ ਲਵੇ ਯੋਗ ਦੁਆਰਾ, ਨਾੜੀਆਂ ਸਾਰੀਆਂ ਸਾਫ ਕਰ ਲਈਆਂ, ਜੰਗਲ ਵਿੱਚ ਚਲਾ ਗਿਆ, ਖੁਰਾਕ ਸ਼ੁੱਧ ਕਰ ਲਈ, ਇਹਦੇ ਨਾਲ ਕਹਿੰਦੇ ਮਨ ਸ਼ੁੱਧ ਹੋ ਜਾਏ ਕੋਈ ਜ਼ਰੂਰੀ ਨਹੀਂ। ਹਾਂ, ਜੇ ਮਨ ਨੂੰ ਸੋਧਣਾ, ਸਰੀਰ ਨੂੰ ਸ਼ੁੱਧ ਕਰਨਾ ਮਾੜਾ ਨਹੀਂ ਖਿਆਲ। ਮਨ ਨੂੰ ਸ਼ੁੱਧ ਕਰਨ ਵਾਸਤੇ ਵੀ ਸਰੀਰ ਨੂੰ ਸੋਧਣਾ ਮਾੜਾ ਨਹੀਂ। ਪਰ ਸੱਚੇ ਪਾਤਸ਼ਾਹ ਜੀ ਨੇ ਇੱਕ ਉਦਾਹਰਣ ਦਿੱਤੀ, ਕਹਿਣ ਲੱਗੇ ਸੱਪ ਜਿਹੜਾ ਹੈ ਉਹ ਕੁੰਜ ਲਾਉਂਦਾ ਸਰੀਰ ਤੋਂ। ਤੁਸੀਂ ਵੇਖਿਆ ਹੋਵੇਗਾ ਸੱਪ ਕੁੰਜ ਲਾਉਂਦਾ। ਹੁਣ ਇਸ ਚੀਜ਼ ਦਾ ਇਲਮ, ਇਸ ਚੀਜ਼ ਦਾ ਗਿਆਨ ਪੁਰਾਣੇ ਬਜ਼ੁਰਗਾਂ ਨੂੰ ਹੋਵੇਗਾ ਵੀ ਸੱਪ ਝਾੜੀਆਂ ਵਿੱਚ ਨਿਕਲਦੇ ਸਨ। ਸਰੀਰ ਦਾ ਉਤਲਾ ਕਵਰ ਜਿਹੜਾ ਉਹਨੂੰ ਕੁੰਜ ਕਹਿੰਦੇ, ਉੱਪਰਲੀ ਚਮੜੀ ਉਹ ਸਾਲ ਬਾਅਦ ਜਾਂ ਕਿੰਨੇ ਸਮੇਂ ਬਾਅਦ ਲਾਉਂਦਾ, ਉਹ ਕੁੰਜ ਲਾ ਕੇ ਵਿੱਚੋਂ ਨਿਕਲ ਜਾਂਦਾ ਹੈ। ਸਤਿਗੁਰੂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਸੱਪ ਜਿਹੜਾ ਕੁੰਜ ਲਾ ਦਿੰਦਾ ਪਰ ਕੁੰਜ ਲਾਉਣ ਨਾਲ ਉਹਦੀ ਅੰਦਰੋਂ ਜ਼ਹਿਰ ਨਹੀਂ ਜਾਂਦੀ। ਇਸ ਤਰ੍ਹਾਂ ਕੋਈ ਮਨੁੱਖ ਇਕੱਲੀ ਆਪਣੀ ਚਮੜੀ ਨੂੰ ਸ਼ੁੱਧ ਕਰ ਲਵੇ, ਉੱਤੋਂ ਉੱਪਰੋਂ ਉੱਪਰੋਂ ਆਪਣੇ ਸਰੀਰ ਨੂੰ ਸ਼ੁੱਧ ਕਰ ਲਵੇ, ਉਹਦੇ ਮਨ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਬੁਰਿਆਈਆਂ ਨੇ ਉਹ ਡੂੰਘੇ ਥਾਂ ਤੇ, ਕਿਉਂਕਿ ਸਰੀਰ ਤੱਕ ਕੁਝ ਚੀਜ਼ਾਂ ਜਾਂਦੀਆਂ ਨੇ, ਮਨ ਤੱਕ ਤੇ ਜਾਣਾ ਨਾ ਗੁਰੂ ਕੀ ਬਾਣੀ ਨੇ। ਮਨ ਨੂੰ ਸ਼ੁੱਧ ਕਰੇਗੀ ਬਾਣੀ, ਮਨ ਨੂੰ ਸ਼ੁੱਧ ਕਰੇਗਾ ਨਾਮ, ਉਹਦਾ ਪਿਆਰ, ਉਹਦਾ ਪ੍ਰੇਮ। ਬਾਕੀ ਚੀਜ਼ਾਂ ਕੋਈ ਯੋਗ ਕਮਾਵੇ, ਕੋਈ ਸਿੱਧ ਆਸਣ ਸਿੱਖੇ, ਕੋਈ ਸ਼ਕਤੀਆਂ ਇਕੱਠੀਆਂ ਕਰ ਲਵੇ, ਕੋਈ ਸਮਾਧੀਆਂ ਲਾਏ, ਕੋਈ ਵਰ ਦੇਵੇ, ਕੋਈ ਸ਼ਰਾਪ ਦੇਵੇ, ਇਹ ਚੀਜ਼ਾਂ ਸਰੀਰ ਤੱਕ ਸੀਮਤ ਰਹਿੰਦੀਆਂ ਨੇ, ਮਨ ਵਿੱਚ ਕੰਮ ਨਹੀਂ ਕਰਦੀਆਂ, ਹਿਰਦੇ ਤੱਕ ਨਹੀਂ ਪਹੁੰਚਦੀਆਂ। ਇਸ ਕਰਕੇ ਹਜ਼ੂਰ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਇਸ ਤਰ੍ਹਾਂ ਉਹਨੂੰ ਮਿਲਿਆ ਨਹੀਂ ਜਾ ਸਕਦਾ। ਕਹਿੰਦੇ ਹਾਰ ਪਰਿਓ ਸਵਾਮੀ ਕੇ ਦੁਆਰਾ, ਦੀਜੈ ਬੁੱਧ ਵਿਵੇਕਾ, ਇੱਕ ਆਪਣੀ ਬੁੱਧੀ ਬਖਸ਼ਿਸ਼ ਕਰੋ, ਆਪਣਾ ਗਿਆਨ, ਆਪਣੀ ਰਹਿਮਤ, ਆਪਣਾ ਸ਼ਬਦ ਮੇਰੇ ਵਿੱਚ ਟਿਕਾਓ, ਉਹਨੇ ਮੇਰੇ ਅੰਦਰ ਨੂੰ ਬਦਲਣਾ ਹੈ। ਦੀਜੈ ਬੁੱਧ ਵਿਵੇਕਾ, ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਮਨ ਮਾਹੀ। ਇਹ ਸਾਰੇ ਕੰਮ ਕਰਨ ਦੇ ਨਾਲ ਅੰਦਰ ਸ਼ੁੱਧ ਨਹੀਂ ਹੋਇਆ। ਭਗਤ ਕਬੀਰ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਜਿਹਦੇ ਵਿੱਚ ਉਹ ਕਹਿੰਦੇ ਨੇ ਗ੍ਰਹਿ ਤਜ ਘਰ ਛੱਡ ਦਿੱਤਾ, ਬਨ ਖੰਡ ਜਾਈਏ, ਜੰਗਲ ਵਿੱਚ ਚਲੇ, ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਧਾ, ਉੱਥੋਂ ਰੁੱਖਾਂ ਦੇ ਪੱਤੇ ਤੋੜ ਕੇ ਖਾਧੇ, ਫਲ ਖਾਧੇ, ਅੰਨ ਛੱਡ ਦਿੱਤਾ, ਅੱਜ ਹੂੰ ਵਿਕਾਰ ਨਾ ਛੱਡ ਛੋਡੇ ਪਾਪੀ ਮਨ ਮੰਦਾ। ਪਰ ਵਿਕਾਰਾਂ ਦੀ ਜਿਹੜੀ ਡੂੰਘਾਈ ਸੀ ਉਹ ਹਿਰਦੇ ਵਿੱਚ ਸੀ। ਸਰੀਰ ਦੀ ਖੁਰਾਕ ਘਟਾਈ, ਇੱਕ ਵਾਰੀ ਲੱਗਾ ਵੀ ਅੰਦਰੋਂ ਸਭ ਕੁਝ ਠੀਕ ਹੋ ਗਿਆ। ਖਿਆਲ ਰੱਖ, ਵਕਤੀ ਤੌਰ 'ਤੇ ਲੱਗਦਾ, ਵਕਤੀ ਤੌਰ 'ਤੇ। ਸਾਡੇ ਵਿੱਚ ਵੀ ਬੜੇ ਬੜੇ ਲੋਕ ਇਸ ਤਰ੍ਹਾਂ ਦੇ ਸਾਧਨਾ ਵਿੱਚ ਲੱਗੇ ਹੋਏ ਨੇ, ਜਿਹੜੇ ਸਰੀਰ ਨੂੰ ਐਕਸਰਸਾਈਜ਼ ਵਾਂਗ ਨਾਮ ਜਪਦੇ ਨੇ, ਵਕਤੀ ਤੌਰ 'ਤੇ ਮਨ ਖਲੋ ਜਾਂਦਾ। ਖਿਆਲ ਰੱਖ, ਵਕਤੀ ਤੌਰ 'ਤੇ ਨਾ ਜਦੋਂ ਸਰੀਰ ਨੂੰ ਤੁਸੀਂ ਕਿਸੇ ਸਾਧਨ ਵਿੱਚ ਪਾਓਗੇ, ਬੜੀਆਂ ਬੜੇ ਤਰੀਕੇ ਨੇ, ਇੱਕ ਵਿਗਿਆਨ ਹੈ, ਉਹਦੇ ਵਿੱਚ ਵਕਤੀ ਤੌਰ 'ਤੇ ਥੋੜ੍ਹਾ ਜਿਹਾ ਲੱਗੇਗਾ ਵੀ ਅੰਦਰ ਕੋਈ ਫਰਕ ਜਿਹਾ ਪੈ ਗਿਆ, ਅੰਦਰ ਜਿਵੇਂ ਉਜਾਲਾ ਜਿਹਾ ਹੋ ਗਿਆ, ਕਿਉਂਕਿ ਅੰਦਰ ਜਦੋਂ ਸੰਘਰਸ਼ ਕਰਾਂਗੇ ਕੋਈ ਨਾ ਕੋਈ ਤਬਦੀਲੀ ਤਾਂ ਆਉਣੀ ਹੈ, ਪਰ ਉਹਦੇ ਨਾਲ ਲਗਾਤਾਰ ਹੀ ਸੁਭਾਅ ਨਹੀਂ ਬਣਦਾ। ਖਿਆਲ ਰੱਖ, ਸਿੱਖੀ ਦਾ ਮਤਲਬ ਹੈ ਸੁਭਾਅ ਬਦਲ ਦੇਣਾ, ਬੰਦੇ ਦੀ ਆਦਤ, ਉਹਦੇ ਮਨ ਵਿੱਚ ਅੰਦਰ ਲਗਾਤਾਰ ਭਾਵ ਬਣਦਾ ਰਹਿਣਾ। ਤਾਂ ਭਗਤ ਜੀ ਕਹਿੰਦੇ ਨੇ ਇਹ ਸਰੀਰ ਦੀ ਖੁਰਾਕ ਛੱਡੀ, ਘੱਟ ਕੀਤੀ, ਇਹਦੇ ਨਾਲ ਥੋੜ੍ਹਾ ਚਿਰ ਲੱਗਾ ਵੀ ਸਰੀਰ ਦੇ ਵਿਕਾਰ ਖਤਮ ਹੋ ਗਏ, ਆ ਕੇ ਫਿਰ ਜਦੋਂ ਖੁਰਾਕ ਖਾਧੀ ਫਿਰ ਉਸੇ ਤਰ੍ਹਾਂ ਹੋ ਗਏ, ਖਾਣਾ ਪੀਣਾ ਘੱਟ ਕਰ ਲਿਆ, ਗ੍ਰਹਿ ਤਜ ਬਨਖੜ ਜਾਈਐ ਚੁਣ ਖਾਈਐ ਕੰਧਾ, ਅਜੋ ਵਿਕਾਰ ਨਾ ਛੋਟੇ ਪਾਪੀ ਮਨ ਮੰਦਾ,
क्यों छुट्टो कैसे तरो किवें इन्हां दुखां तों छुट्टिया जा सके किवें इस संसार समुद्र तों तरिया जा सके भव जल निध भारी राख राख मेरे बीठला जन शरण तुम्हारी फिर कहिंदे बिखै बिखै की बासना सो तजी ना जाई अनेक जतन कर रखी है फिर लपटाई सोच सोच के समझ समझ के जतन करीदा है कि अपने आप को बचाइए फिर नहीं बचता जीवन फिर ओहदे विच कदी लोभ विच प्रवृत्त हो जाता कदी वासना विच कदी हंकार विच कदी मोह विच फस जाता है कदी तृष्णा विच कदी निंदिया के रस विच पैंदा समझन नाल नहीं हुंदा। मैं छोटी जी बेनती दोहरा दिया दोपहर भी बेनती कीती सी समझना चंगी गल है पर समझन दे नाल आदमी कदी संसार दे विकारां तों लोभ तों बच नहीं जा सकदा। किसी चीज़ नूं समझ लैणा चंगा अकल लतीफ जिहड़े ने बड़े बड़े समझांदे ने पोथियां खोल खोल आप भी असीं पढ़ने असीं आप भी समझने लोकां नूं भी समझाया जांदा है समझो समझना चंगा है कुछ हद तक कम देता है ख्याल रखना। पर मैं बेनती की हूँ फिर बेनती करते हैं एक बंदा कई साल पानी से स्टडी करता रहा विज्ञान के कई सबजैक्ट ने जो विद्यार्थी पढ़ते कोई हवा से स्टडी करता कोई पानी से कोई सूरज से स्टडी करता है कोई चंद्रमा से कोई तारिया से वक्रे वक्रिया खोजा उन्होंने दिखाई जाए तो ये उत्ते काम करना कोई आदमी 10 साल पानी से खोज करता रहा विद्या पढ़ता रहा 10 साल उन्हें पानी बारे पढ़िया पानी किवें बनता है केड़िया केड़िया गैसा कट्ठिया होंदिया ने तां पानी बनता है जदों पानी उड़दा उदों केड़िया केड़िया गैसा विच प्रविरत हो जाता बड़ी लंबी चौड़ी खोज उन्हें की सारा जान लिया भी पानी की है सारा कुछ समझ के ना पानी बारे ते राह विच इक दरिया आया ते उहदे विच छाल मार दित्ती सोचा भी पानी बारे जान लिया डुबण पानी मैनूं डुबण थोड़ी लगा इहदे बारे समझ ते लिया ही दरिया विच छाल मार दित्ती हुण दरिया ते डुबणा है कोल कोई जा रहा से उन्हें मसा कढ़िया उन्हें कहा सज्जना भोलिया क्यों छाल मारी विच कह लगा मैं 10 साल हो गए ने पानी बारे समझदा मैं सोचा शायद ना डुबांगा तो डुबी जांदा उन्हें कहा नहीं तेरी गलती है पानी बारे समझन दे नाल पानी तो डुबण तो नहीं बचा जा सकता डुबण तो ता बचा जा सकता है जां तेनू तरना सीखना पएगा जां बेड़ी ते चढ़ना पैना है कोई पानी बारे जानन नाल पानी तो बच नहीं सकता डोब देगा वो डोब देंदा है। इस तरह साडी जिंदगी दे विच जेड़ा भाव सागर है 5 विकारां दा पानी भरिया होया है असीं इहदे बारे जिन्ना मर्जी समझ लईए फिलासफी ख्याल रखना ਇਹ ਨਾ ਸੋਚੀਏ ਵੀ ਅਸੀਂ ਇਹਨਾਂ ਤੋਂ ਇਸ ਤਰ੍ਹਾਂ ਬਚਾਂਗੇ ਸਾਨੂੰ ਗੁਰੂ ਕੇ ਸ਼ਬਦ ਦੀ ਬੇੜੀ 'ਤੇ ਸਵਾਰ ਹੋਣਾ ਪੈਣਾ ਹੈ ਗੁਰੂ ਸਾਹਿਬ ਦੇ ਦਿੱਤੇ ਹੋਏ ਜਿਹੜੇ ਅਭਿਆਸ ਹੈ ਨਾਮ ਦਾ ਉਹਨੂੰ ਕਰਨ ਤੋਂ ਬਿਨਾਂ ਕੋਈ ਬੰਦਾ ਸਮਝਣ ਵਾਲੇ ਦੇ ਉੱਤੋਂ ਤਰੇਗਾ ਨਹੀਂ ਇਹ ਗਲਤੀ ਉਹਨੇ ਕੀਤੀ ਪਾਣੀ 'ਤੇ ਤਰਨ ਵਾਸਤੇ ਤਰਨਾ ਸਿੱਖਣਾ ਪੈਂਦਾ ਹੈ ਉਹਦਾ ਵਿਗਿਆਨ ਪੜ੍ਹਨ ਨਾਲ ਉਹਦੀ ਸਟੱਡੀ ਕਰਨ ਨਾਲ ਕੋਈ ਨਹੀਂ ਬਚਦਾ इस करके गुरु ग्रंथ साहिब पातशाह जी बारे कला अखरी ज्ञान लैन नाल कोई आदमी सोचे मैं संसार समुद्र विचों बच जाऊंगा उहदे नाल कुछ लाभ हो सकता जानकारी तो वेखो किसी भी चीज़ की है ना उहदा फायदा ही है लाभ है उहदा बहुत फायदा पर तां जे असीं उहदी शक्ति नूं जान लईए ਵੀ ਇਹ ਕਿੱਥੋਂ ਤੱਕ ਕੰਮ ਦੇ ਸਕਦੀ ਜਾਣਕਾਰੀ ਕਿੱਥੋਂ ਤੱਕ ਕੰਮ ਦੇ ਸਕਦੀ ਉਸ ਤੋਂ ਅੱਗੇ ਨਹੀਂ ਸਮਝਣਾ ਤਾਂ ਸਿਰਫ ਜੀਵਨ ਦੇ ਵਿੱਚ ਸਲਫ ਦੇਣ ਵਰਗਾ ਜਿਵੇਂ ਗੱਡੀ ਨੂੰ ਤੋਰਨਾ ਇੱਕ ਵਾਰੀ ਸਲਫ ਦੇਣਾ ਪਏਗਾ ਉਹਨੇ ਸਟਾਰਟ ਕਰ ਦੇਣਾ ਪਰ ਅੱਗੋਂ ਤਾਂ ਕੰਮ ਕਰੇਗਾ ਨਾ ਉਹਦਾ ਇੰਜਣ ਸਲਫ ਨੇ ਤਾਂ ਝਟਕਾ ਦੇਣਾ ਸਿਰਫ ਜਾਣਕਾਰੀ ਨੇ ਤਾਂ ਸਿਰਫ ਝਟਕਾ ਦੇਣਾ ਜ਼ਿੰਦਗੀ ਨੂੰ ਵੀ ਅੱਗੇ ਚੱਲ ਕਿਹਾ ਹੈ ਗੁਰੂ ਸਾਹਿਬ ਨੇ ਸਮਝਣ ਵਾਸਤੇ ਐਸੀ ਗੱਲ ਨਹੀਂ ਗੁਰਬਾਣੀ ਕਹਿ ਰਹੀ ਹੈ ਸਮਝੋ ਵਿਖੇ ਬਾਚ ਹਰ ਰਾਜ ਸਮਝ ਮਨ ਬੌਰਾ ਰੇ ਗਏ ਉਹਨਾਂ ਰਾਮ ਜਹਾਜ਼
बचन वास्ते क्या ते गया, पर समझना विचारना सोचना याद कर लेना अर्थ सिख लेने मैं बेनती करा सिर्फ सल्फ है, सल्फ दा सिर्फ अद्धे अद्धा मिनट भी नहीं, दो चार पलों का काम होंदा, इस तो वध नहीं। बड़े लोग ने जिहड़े सानू सल्फ ही सिखाई जांदे ने वी सल्फ मारी जाओ, इंजन दी ते लोड़ ही कोई नहीं, जीवन दी लोड़ ही नहीं, कल्ला सल्फ कल्ला ज्ञान सिखा सिखा के तोतियां वांगू रटा रटा के लोगों आपस में पढ़ाई जा रहा है, ये बड़ी वड्डी गलती है। तो सतगुरु ये इशारा करते ने, भगत कबीर साहब जी का शब्द साझा कर रहा सी, कहन लगे बिखै बिखै की वासना सो तजी ना जाई, अनेक जतन कर रखिया फिर लपटाई, जरा जीवन जोबन गया किछ किया ना नीका, जिंदगी दे बहु कीमती पल जेड़े ने सोचदिया सोचदिया अगे निकलते गए, करांगे होवेगा वेखांगे। जरा जीवन जोबन गया, सारी जवानी भी लंघ गई, बुढ़ेपा आ गया, बुढ़ेपा भी निकलता गया, किछ किया ना नीका ए जीड़ा निर्मोलको, ये जिंदगी बड़ी ही निर्मोलक कीमती सी, कौड़ी लग मीका, मीका दे अर्थ ने तोड़ना मड़िकना, इस जिंदगी नू केवल पदार्थां ते मिट्टी नाल ही तोड़दे रहे सारी उम्र, ये जेड़ा निर्मोलको कौड़ी लग मीका। इस तरह योग मत की है जिहदे नाल गुरु साहिब अज वार्ता करन जा रहे ने, योग मत एक विज्ञान है शरीर की क्रिया है, शरीर के श्वासों को सोधना, शरीर दियां नाड़ियां को सोध लेना, सीधी हड्डी रीढ़ की हड्डी को सीधा करके समाधि ला लेना, ये योग जिहड़ा ये गुरसिखी विच नाम जपन नाल अपने आप आ जाता। ख्याल जदों मन शुद्ध होगा ना शरीर ने अपने आप सुर होने लग पैना, सीधे होना। तां कहन तो भाव मैं तां ये बेनतियां कर रहा सां कि योग मत की है मन नूं बेहोश करन दी एक प्रक्रिया है, आदमी दे मन नूं बेहोश कीता जांदा, ये फर्क है। मैं तां पहला बेनतियां कर रहा क्योंकि अगे तीन चार दिन लगातार योगियां नाल गल चलेगी गुरु साहिब जी, निरंतर उन्हां दे नाल सवाल जवाब होणगे, इस करके थोड़ियां जिहियां बेनतियां आरंभ विच तां कर रहा कि आप शौक नाल सुणदे हो श्रोते हो भी योग की है, योग मत की है ते सिखी मत की है, दोवां विच की फर्क। गुरु साहिब ने उन्हां नूं खंडिया नहीं, उन्हां नूं माड़ा नहीं बोलिया, उन्हां नाल गलबात कीती, वह भी एक विज्ञान है पर उहदा फर्क दस्सिया। मैं इहदी थोड़ी जिही होर उदाहरण दस दे दिआं, इन्हां विच फर्क है। योग मत जिहड़ा मन नूं बेहोश करदा है, बेहोश करके मन जदों बेहोश हो जांदा डिग पैंदा है, पर सिखी मत जिहड़ा उह नाम द्वारा मन नूं बेहोश नहीं करता, वह मन नूं साफ करता है। दोवां विच इह फर्क है, मन नूं संतुष्ट करता है जिहड़ा सिखी दा अभ्यास है ना। आ जिहड़े अभ्यास असीं करने तुसीं वेखोगे बड़ी काली काली बड़ी तेज तेज, असीं कहिंदे आ इह अभ्यास, इह अभ्यास की करदे ने, कहिंदे ध्यान लग जांदा, ध्यान लगेगा जरूर, ਇਹਦੇ ਨਾਲ ਕੀ ਹੋਵੇਗਾ ਕਿ ਇਹਦੇ ਨਾਲ ਮਨ ਬੇਹੋਸ਼ ਹੋ ਜਾਂਦਾ ਹੈ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਅਸੀਂ ਕਹਿੰਦੇ ਹਾਂ ਧਿਆਨ ਲੱਗ ਗਿਆ। ਉਹ ਧਿਆਨ ਨਹੀਂ ਹੁੰਦਾ, ਇੱਕ ਚੀਜ਼ ਨੂੰ ਮਾਰ ਕੁੱਟ ਕੇ ਇਕੱਠੇ ਕਰ ਦਿੱਤਾ, ਧਿਆਨ ਥੋੜ੍ਹੀ ਹੁੰਦਾ। ਇਹ ਹੈ ਯੋਗ ਮਤ ਕਿ ਕਿਸੇ ਸਾਧਨ ਦੁਆਰਾ ਮਨ ਨੂੰ ਬਹੁਤ ਤੇਜ਼ੀ ਦੇ ਨਾਲ ਕੁੱਟ ਮਾਰ ਕਰਕੇ ਚੁੱਪ ਕਰਾ ਦੇਣਾ ਅਤੇ ਉਹ ਫਿਰ ਹਿਲ ਜਾਂਦਾ ਹੈ, ਘੰਟਾ ਕੁ ਚੁੱਪ ਹੋ ਜਾਂਦਾ, ਦੋ ਕੁ ਘੰਟੇ ਚੁੱਪ ਹੋ ਜਾਂਦਾ ਹੈ, ਔਰ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇਹਨੇ ਮੈਨੂੰ ਰੋਜ਼ ਚੁੱਪ ਕਰਾਉਣਾ ਹੈ। ਉਸ ਆਪਣੇ ਟਾਈਮ 'ਤੇ ਪਹਿਲੇ ਡਰ ਜਾਂਦਾ ਹੁੰਦਾ, ਜਦੋਂ ਲੋਕ ਸਮਾਧੀਆਂ ਲਾਉਂਦੇ ਨੇ ਚੌਂਕੜੀਆਂ ਮਾਰ ਕੇ, ਉਹ ਪਹਿਲੇ ਡਰ ਕੇ ਇਕੱਠਾ ਹੋ ਜਾਂਦਾ ਵੀ ਹੁਣ ਮੈਨੂੰ ਇਹਨੇ ਕਿਸੇ ਨਾ ਕਿਸੇ ਸਾਧਨ ਦੁਆਰਾ ਬੇਹੋਸ਼ ਕਰਨਾ, ਉਹਨੂੰ ਪਹਿਲੇ ਹੀ ਉਹ ਚੁੱਪ ਕਰਨਾ ਸ਼ੁਰੂ ਕਰ ਦਿੰਦਾ। ਪਰ ਤੁਸੀਂ ਕਦੀ ਵੇਖਣਾ ਇਸ ਤਰ੍ਹਾਂ ਦੇ ਜਿਹੜੇ ਹੱਠ ਨਾਲ ਅਭਿਆਸ ਕਰਨ ਵਾਲੇ ਲੋਕ ਨੇ ਉਹ ਘੰਟਾ ਤੋਂ ਧਿਆਨ ਲਾ ਕੇ ਰੱਖਦੇ ਨੇ, ਬਾਹਰ ਨਿਕਲਣਗੇ ਉਹਨਾਂ ਦੀਆਂ ਅੱਖਾਂ ਵਿੱਚ ਕ੍ਰੋਧ ਹੋਵੇਗਾ, ਸਹਿਜ ਨਹੀਂ ਹੋਵੇਗਾ, ਝਗੜਾ ਕਰਨਗੇ, ਕ੍ਰੋਧੀ ਹੋਣਗੇ, ਟਿਕਾ ਨਹੀਂ ਹੋਵੇਗਾ ਉਹਨਾਂ ਦੇ ਸ਼ਬਦਾਂ ਵਿੱਚ, ਕਦੀ ਸਹਿਜ ਨਹੀਂ ਆਵੇਗਾ ਉਹਨਾਂ ਦਾ, ਹਰ ਇੱਕ ਕੰਮ ਵੱਖਰਾ ਹੁੰਦਾ ਜਾਏਗਾ, ਸੰਸਾਰ ਇੱਕ ਵੱਖਰੇ ਪਣ ਵਿੱਚ ਕ੍ਰੋਧ ਵਿੱਚ ਜਿਉਣ ਲੱਗ ਪੈਣ। ਇਹ ਯੋਗ ਮਤ ਧਿਆਨ ਰੱਖਣਾ,
यह निर्णय किया गुरु साहब ने कि मेरा सिख किसी चक्कर च ना पै। सतगुरु ने सानू सहज मार्ग दिता सी। हाँ, शरीर नू सोधन वास्ते, शरीर दी आदतां नू ठीक करन वास्ते कुछ हद तक शरीर ते सख्ती करनी जायज है, जरूरी है। कुछ हद तक शरीर नू बिठाउण वास्ते दे उते प्रेशर पाउणा एक चंगी गल है। दृढ़ता कहिंदे ने, हठ तप है सिखी दे अंदर, पर इस तरह दा नहीं। पर सिखी दा मार्ग मैं फिर दोहरा दिया, मन जिवें दा है उन्हों कुट मार करके चुप करा देना नहीं। सिखी दा मार्ग है भी मन नूं धोणा। कादे नाल धोणा है? गुरु अमरदास सच्चे पातशाह जी कहिंदे, सहसे जियो मलीन है कित संयम धोता जाए। ये मन शक करके मैला है। सहसे दा अर्थ है किसी चीज के उत्ते पूरी तरह विश्वास ना होना। जेड़ा काम करना उहदे प्रति अंदरों हिलदे रहना भी ये पता नहीं है कि नहीं। इहनू कहिंदे ने आदमी संशय विच पिया है। काम ते कर रहा है पर संशय विच, जदों आदमी डबल माइंड हुंदा संशय विच काम करदा उहदे हाथ भी ढिले हुंदे ने, उहदा शरीर भी एक्टिव नहीं हुंदा। इस तरह जिहड़े लोग अपने वांग बेभरोसगी नाल मन दे कई हिस्सों द्वारा, कई टुकड़ियां द्वारा डबल माइंड हो के दुविधा विच पै के कम करते रहिंदे ने, उहनां दा इसे तरह शरीर कदी नींद आ जांदी, कदी जाग पैंदे, कदी उठ पैंदे, कदी छड्ड दिंदे, इस तरह हुंदा रहिंदा। पर सतगुरु ने जिहड़ा सानू मार्ग दित्ता, उहनां ने कहा वी तूं अपने मन नूं पूरा टोर साबत रख, साबत रख के कोई भी कर्म करना भावें घट कर भावें छोटा कर, पर तू साबत होना चाहिए। तेरे मन दे विच कोई संसा नहीं होना चाहिए। मैं बाणी पढ़ रहा ते इहदे विच ताकत नहीं, यह संसा नहीं होना चाहिए। मैं नाम जप रहा ते इहदे विच बरकत नहीं, यह संसा नहीं होना चाहिए। जे संसा है ते मैल है। इस करके कहिंदे सहसे जियो मलीन है, शक नाल ही मन मैला हुंदा है। फिर महाराज जी उस मन नूं किवें साफ करिए जिहड़ा शक द्वारा अति मैला है। ते सतगुरु ने वचन किते कित संजम धोता जाए, किस तरीके नाल उस मन नूं सोधिया जाए जो कि शंकिया नाल, बेभरोसगी नाल, बेतरतीबगी नाल भरिया होया है। ते अगे हजूर जवाब देंदे ने, मन धोवो शब्द लागो। गुरु के शब्द विच जुड़ के नाम नाल सांझ पा के, गुरबाणी नाल सांझ पा के ही उस शक नाल मैले हुए मन नूं धो लैंदा। उहदे नाल धो सकदा, उहदे नाल होर कोई चीज़ उस तक नहीं जा सकदी, मन तक कोई चीज़ होर पहुँचती नहीं। जिथे दर्द है दवाई उत्थे जाए तां कम करेगी। दवाई गलत खाण नाल भावें सारी उम्र खाते रहो, रोग है मनुख दे मन विच, उत्थों तक सिर्फ उहदी याद, उहदा प्यार, उहदी भावना नाल जपिया होया नाम उहदियां तरंगां जा सकदियां, उहदे तों बिना मन नहीं सोधिया जांदा। इस करके कहिंदे मन धोवो शब्द लागो, हर सिउ रहो चित लाए, कहे नानक गुर प्रसादी सहज उपजै। इस तरह गुरु की कृपा द्वारा अपने अंदर सहज अवस्था पैदा हो जाए, यह सहसा इब जाए, यह मन की मैल ते संसा इस तरह जा सकता है। मैं ये सिर्फ विशा तां कह रहा सां, योग मत वार वार आएगा गुरबाणी विच। सतगुरु ने इन्हां नाल पहुँच के वार्ता की। एक मैं इत्थे बेनती करनी चाहूँ, ये योगी कोई आम आदमी नहीं सन कि गुरु साहब इन्ने पहाड़ लंघ के इन्हां कोल गए। इन्हां नूं क्यों चुनिया, इन्हां नाल वार्ता क्यों की? इन्हां नाल तां वार्ता की कि ये अपने मार्ग के उत्ते मेहनत कर रहे सन, ते गुरु साहब तां इन्हां कोल गए। घट्टो घट भावें रस्ता उन्हां दा अपना सी जिहड़ा उन्हां चुनिया, पर कम ते करदे सन ना, अपने वांग थोड़ी योगी सन। उन्हां ने अपने आसनां दे उत्ते कम कीता सी, 84 आसन सिखे सन, मेहनत करदे सन। इस करके बाबे नानक ने उन्हां नाल मोह कीता, मोह सी तां ही मिलन गए सन। भावें वह गलत राह ते जा रहे सन, आसन सिख सिख के वह ताकतां कट्ठियां करदे सन। इस तरह नहीं कि साढ़े वांग नाम धरा लिया सिख
ਤੇ ਕਦੇ ਸਟੱਡੀ ਨਹੀਂ ਕੀਤੀ ਸਿੱਖੀ ਦੀ, ਕਦੇ ਉਹਦੇ ਬਾਰੇ ਕੰਮ ਨਹੀਂ ਕੀਤਾ। ਇਸ ਤਰ੍ਹਾਂ ਦੇ ਲੋਕਾਂ ਨਾਲ ਕਿੱਥੇ ਗੁਰੂ ਮੋਹ ਕਰੇਗਾ, ਜਿਹੜਾ ਆਪਣੇ ਕੰਮ ਦੇ ਵਿੱਚ ਆਪਣੇ ਕਾਰਜ ਦੇ ਪ੍ਰਤੀ ਜਾਗੀ ਨਹੀਂ, ਜਿਹਨੇ ਆਪਣੇ ਟਾਈਮ 'ਤੇ ਕਦੀ ਵਿੱਦਿਆ ਨਹੀਂ ਲਈ, ਕਦੀ ਉਹਨੇ ਕਦੀ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਬਦ ਵੀ ਸੁਣਿਆ ਨਹੀਂ, ਕਦੀ ਪੜ੍ਹਿਆ ਨਹੀਂ, ਨਿਤਨੇਮ ਨਹੀਂ ਕੀਤਾ, ਉਹ ਵਿਅਕਤੀ ਕਿਵੇਂ ਸਿੱਖ ਹੋ ਸਕਦਾ? ਗੁਰੂ ਉਹਦੇ ਨਾਲ ਕਿਵੇਂ ਮੋਹ ਕਰੇਗਾ? ਸਤਿਗੁਰੂ ਨੇ ਕੰਮ ਕਰਨ ਵਾਲੇ ਲੋਕਾਂ ਨਾਲ ਪ੍ਰੇਮ ਕੀਤਾ, ਜਿਹੜੇ ਆਪਣੇ ਰਾਹ ਦੇ ਉੱਤੇ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ, ਮਿਹਨਤ ਕਰ ਰਹੇ ਨੇ, ਤਾਂ ਉਹਨਾਂ ਯੋਗੀਆਂ ਨੂੰ ਚੁਣਿਆ। ਭਾਵੇਂ ਉਹਨਾਂ ਦਾ ਰਸਤਾ ਅਲੱਗ ਸੀ, ਪਰ ਉਹਨਾਂ ਨਾਲ ਜਾ ਕੇ ਵਾਰਤਾ ਕਰਦੇ ਰਹੇ। ਤੁਸੀਂ ਹੈਰਾਨ ਹੋਵੋਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਡਤਾਂ ਨਾਲ ਵਾਰਤਾ ਦੇ ਸ਼ਬਦ ਬਹੁਤ ਘੱਟ ਨੇ, ਜਿੱਥੇ ਕਿਸੇ ਪੰਡਤ ਨਾਲ ਵਾਰਤਾ ਕੀਤੀ ਹੋਵੇ, ਕਿਸੇ ਮੁੱਲਾਂ ਨਾਲ ਵਾਰਤਾ ਕੀਤੀ ਹੋਵੇ, ਬੜੇ ਸ਼ਬਦ ਘੱਟ ਨੇ। ਪਰ ਸਿੱਧਾਂ ਨਾਲ ਗੱਲਬਾਤ ਕਰਦਿਆਂ ਇੱਕ ਪੂਰੀ ਦੀ ਪੂਰੀ ਬਾਣੀ ਉਚਾਰ ਦਿੱਤੀ ਗੁਰੂ ਸਾਹਿਬ ਨੇ। ਸਿੱਧ ਗੋਸ਼ਟ ਬਾਣੀ ਤੁਸੀਂ ਸੁਣਦੇ ਹੋ, ਸਿੱਧ ਗੋਸ਼ਟੀ, ਉਹਨਾਂ ਨਾਲ ਗੋਸ਼ਟੀ ਕੀਤੀ ਸਿੱਧਾਂ ਦੇ ਨਾਲ, ਤਾਂ ਕੀਤੀ ਕਿਉਂਕਿ ਉਹ ਆਪਣੇ ਕੰਮ ਦੇ ਪ੍ਰਤੀ ਪੂਰੀ ਤਰ੍ਹਾਂ ਉਹਨੂੰ ਅਟੈਂਡ ਕਰ ਰਹੇ ਸਨ, ਉਹਦੇ ਪ੍ਰਤੀ ਜਾਗ ਰਹੇ ਸਨ, ਉਹ ਆਪਣੇ ਕੰਮ ਦੇ ਪ੍ਰਤੀ ਅੱਧੇ ਨਹੀਂ ਸਨ, ਸਾਧਨਾਵਾਂ ਕਰ ਰਹੇ ਸਨ। ਇਸ ਕਰਕੇ ਉਹਨਾਂ ਨਾਲ ਬਹੁਤ ਲੰਬੀ ਵਾਰਤਾ ਕੀਤੀ, ਔਰ ਉਹਨਾਂ ਦੇ ਨਾਲ ਜਿਹੜੀ ਸੰਬੰਧਿਤ ਬਾਣੀ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਵੀ ਕਰ ਦਿੱਤੀ। ਤਾਂ ਸਾਡੇ ਵਾਂਗ ਨਹੀਂ ਸਨ ਵੀ ਜਿਹਨਾਂ ਨੂੰ ਸਾਨੂੰ 10 ਗੁਰੂਆਂ ਦੇ ਨਾਮ ਵੀ ਅਜੇ ਤੱਕ ਯਾਦ ਨਹੀਂ, ਵੈਸੇ ਆਪਾਂ ਸਿੱਖ ਹਾਂ, ਸਾਨੂੰ ਇਹ ਵੀ ਪਤਾ ਨਹੀਂ ਵੀ ਸਿੱਖ ਧਰਮ ਕਿੱਥੋਂ ਸ਼ੁਰੂ ਹੋਇਆ ਸੀ, ਇਹ 5 ਤਖਤ ਕੀ ਹੁੰਦੇ ਨੇ। ਇਹਦਾ ਮਤਲਬ ਹੈ ਕਿ ਅਸੀਂ ਵੈਸੇ ਸਿੱਖ ਇੱਕ ਜਿਵੇਂ ਵਹੀਰ ਤੁਰਦਾ ਹੈ, ਲੋਕ ਮੇਲਿਆਂ 'ਤੇ ਜਾਂਦੇ ਨੇ, ਤੀਰਥਾਂ 'ਤੇ, ਅਸੀਂ ਵੀ ਉਸੇ ਤਰ੍ਹਾਂ ਇੱਕ ਬਸ ਰਿਵਾਜ਼ ਸਿੱਖ ਲਿਆ, ਮੱਥਾ ਟੇਕਣਾ, ਕੰਨਾਂ ਨੂੰ ਹੱਥ ਲਾਉਣਾ, ਇੱਧਰੋਂ ਦੀ ਆਉਣਾ, ਉੱਧਰੋਂ ਦੀ ਆਉਣਾ, ਉਹਦੇ ਪ੍ਰਤੀ ਅਸੀਂ ਜਾਗੇ ਨਹੀਂ। ਤਾਂ ਸਤਿਗੁਰੂ ਦਾ ਐਸੇ ਲੋਕਾਂ ਨਾਲ ਫਿਰ ਮੋਹ ਨਹੀਂ। ਮੈਂ ਸਿਰਫ ਬੇਨਤੀ ਕਰ ਰਿਹਾ ਸਾਂ, ਯੋਗੀਆਂ ਨਾਲ ਸੰਬੰਧ ਤਾਂ ਸੀ, ਭਾਵੇਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇੰਨਾ ਸਮਾਂ ਲਾ ਕੇ ਗਲਤ ਰਾਹਾਂ 'ਤੇ ਜਾ ਰਹੇ ਹੋ, ਤਾਂ ਉਹਨਾਂ ਨਾਲ ਹੁਣ ਅਗਲੀ ਵਾਰਤਾ ਸਾਰੀਆਂ ਪੌੜੀਆਂ ਵਿੱਚ ਸਤਿਗੁਰੂ ਕਰਨਗੇ। ਭਾਈ ਗੁਰਦਾਸ ਸਾਹਿਬ ਉਹਦਾ ਨਕਸ਼ਾ ਦੱਸ ਰਹੇ ਨੇ, ਕਹਿੰਦੇ ਬਾਬੇ ਡਿੱਠੀ ਪ੍ਰਿਥਮੀ ਨਵੇਂ ਖੰਡ ਜਿੱਥੇ ਤੱਕ ਆਏ। ਸਤਿਗੁਰਾਂ ਨੂੰ ਜਦੋਂ ਬਖਸ਼ਿਸ਼ ਹੋਈ ਨਾ, ਅਕਾਲ ਪੁਰਖ ਵੱਲੋਂ ਇਹ ਡਿਊਟੀ ਲੱਗੀ, ਕਿਉਂਕਿ ਸਿੱਖ ਧਰਮ ਜਿਹੜਾ ਹੈ ਉਹ ਆਪਣੇ ਦਾਇਰੇ ਤੱਕ ਸੀਮਤ ਨਹੀਂ ਕਿ ਮੈਂ ਧਰਮ ਕਮਾਉਣਾ, ਮੈਂ ਸੁਖੀ ਹੋਣਾ। ਸਤਿਗੁਰੂ ਦਾ ਇੱਕ ਉਹਨਾਂ ਨੂੰ ਜਿਹੜਾ ਉਪਦੇਸ਼ ਮਿਲਿਆ, ਉਹਨਾਂ ਸਾਨੂੰ ਵੀ ਉਪਦੇਸ਼ ਦਿੱਤਾ ਕਿ ਤੂੰ ਜੇ ਸਿੱਖੀ ਕਮਾ ਰਿਹਾ ਤੇ ਜਿੱਥੇ ਤੂੰ ਕੰਮ ਕਰ ਰਿਹਾ ਉੱਥੇ ਤੂੰ ਸਿੱਖੀ ਬਾਰੇ ਦੱਸ, ਉੱਥੇ ਸਿੱਖੀ ਬਾਰੇ ਦੱਸ ਵੀ ਤੇਰੇ ਗੁਰੂ ਦਾ ਹੁਕਮ ਕੀ ਹੈ। ਇਹ ਚੀਜ਼ ਗੁਰੂ ਸਾਹਿਬ ਨੇ ਵਰਤੀ, ਜਿਹੜਾ ਦਾਨ ਉਹਨਾਂ ਨੂੰ ਮਿਲਿਆ ਸੀ ਉਹ ਉਪਦੇਸ਼ ਅੱਗੇ ਦਿੱਤਾ ਕਿ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਸੇ ਤਰ੍ਹਾਂ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ, ਉਹ ਜਿੱਥੇ ਆਪ ਸਿੱਖ ਹੈ ਉਹ ਜਿਹੜੇ ਕੰਮ ਵਿੱਚ ਪਿਆ ਹੈ ਉੱਥੇ ਸਿੱਖੀ ਦੀ ਗੱਲ ਕਰੇ, ਪਰ ਉਹ ਸਿੱਖੀ ਦੀ ਗੱਲ ਤਾਂ ਕਰੇਗਾ ਜੇ ਉਹਦੇ ਕੋਲ ਆਪਣੀ ਸਿੱਖੀ ਹੋਵੇਗੀ। ਅੱਗੇ ਕਹੇਗਾ ਯਥਾ ਯਕਤ ਜਿੰਨਾ ਹੋ ਸਕੇ ਉਹਦੇ ਬਾਰੇ ਕਵੇ, ਜ਼ਰੂਰੀ ਨਹੀਂ ਕਿ ਪੂਰਾ ਕਵੇ, ਉਹਦੇ ਵਾਸਤੇ ਇਹ ਜ਼ਰੂਰੀ ਹੈ, ਉਹਨੂੰ ਹੁਕਮ ਹੈ ਕਿ ਉਹ ਪਾਰ ਬ੍ਰਹਮ ਕਾ ਪੰਥ ਕਰੇ। ਜਦੋਂ ਗੁਰੂ ਨਾਨਕ ਸਾਹਿਬ ਨੇ ਦੂਜੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਿੱਤੀ ਸੀ, ਨਾਲ ਇਹ ਹੁਕਮ ਕੀਤਾ ਸੀ ਕਿ ਲੈਣਿਆ ਪੁਰਖਾ ਪਾਰ ਬ੍ਰਹਮ ਕਾ ਪੰਥ ਕਰਨਾ, ਸਿੱਖੀ ਨੂੰ ਵਧਾਉਣਾ। ਅਤੇ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਖੀਰ 'ਤੇ ਨੰਦੇੜ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਉਦਣ ਵੀ ਇਹ ਸਿੱਖਾਂ ਨੂੰ ਉਪਦੇਸ਼ ਜਿਹੜਾ ਦਿੱਤਾ ਸੀ ਉਹਦੇ ਵਿੱਚ ਇਹ ਬਚਨ ਆਏ ਸਨ ਕਿ ਜਿੱਥੇ ਤੁਸੀਂ ਖੁਦ ਸਿੱਖ ਹੋ ਉੱਥੇ ਤੁਹਾਨੂੰ ਇਹ ਵੀ ਹੁਕਮ ਹੈ ਕਿ ਪੰਥ ਦਾ ਭਲਾ ਲੋਚਣਾ, ਪੰਥ ਦਾ ਵਾਧਾ ਲੋਚਣਾ, ਪੰਥ ਵਧੇ, ਜ਼ਿਆਦਾ ਹੋਵੇ, ਜ਼ਿਆਦਾ ਲੋਕਾਂ ਕੋਲ ਜਾਏ। ਇਹ ਉਪਦੇਸ਼ ਇਸ ਆਧਾਰ 'ਤੇ ਗੁਰੂ ਸਾਹਿਬ ਧਰਤੀ ਦੇ ਕਈ ਖਿੱਤਿਆਂ ਵਿੱਚ ਗਏ ਔਰ ਕਹਿੰਦੇ ਸਾਰੀ ਪ੍ਰਿਥਵੀ ਇੱਥੋਂ ਤੱਕ ਕਿ ਹੁਣ ਨਿਸ਼ਾਨ ਮਿਲਦੇ ਨੇ, ਕੁਝ ਥਾਵਾਂ 'ਤੇ ਖੋਜ ਲਈਆਂ ਗਈਆਂ। ਗੁਰੂ ਨਾਨਕ ਸਾਹਿਬ ਦੇ ਯੂਰਪ ਵਿੱਚ ਵੀ ਕਿਤੇ ਕਿਤੇ ਇਹ ਨਿਸ਼ਾਨ ਮਿਲੇ ਨੇ ਕਿ ਸਤਿਗੁਰੂ ਇੱਧਰ ਸਮੁੰਦਰ ਤੋਂ ਪਾਰ ਯੂਰਪ ਤੱਕ ਵੀ ਆਏ ਨੇ ਉਦਾਸੀਆਂ ਕਰਕੇ। ਅਜੇ ਪੂਰੀ ਤਰ੍ਹਾਂ ਉਹ
सबूत नहीं सामने आए पर उसकी खोज हो रही, उसकी लिखतां लभियां कि सतगुरु के इतों के लोगों नाल भी वार्ता हुई है। इन्नी इन्नी दूर प्रचार वास्ते परमात्मा का संदेश देने वास्ते संसार विच पहुंचे ते साध संगत इहदे बारे भाई गुरदास जी उन्हां दी जीवन की सारी कहानी इन्हां पौड़ियां विच दस रहे ने कि जिथों तक पृथ्वी सी जिथों तक धरती सी इहदा मतलब उस वेले गुरु साहब ने जाके दसिया। भाई गुरदास साहब कह रहे ने पृथ्वी जिथों तक सी गुरु बाबा जी उथों तक गए। हो सकता है आने वाले समय में सारे देशों में ऐसे निशान मिल जाए जिथों पता लगे भी गुरु साहब सारे देशों में गए, सारे थावां ते गए, क्योंकि भाई साहब कह रहे हैं सारी पृथ्वी ते गए और सतगुरु ने जाके दसिया। और ये मुमकिन नहीं हो सकिया भी उन्होंने देशों के नाम लिखे जाण, उन्होंने लिखत में लै आंदा जाए, इन्ना समा नहीं सी, इन्ने साधन नहीं सन। तो इत्थे कह रहे ने जिथों तक धरती सी सतगुरु गए ते उन्हां विचों एक घटना है, फिर जाए चढ़िया सुमेर पर। सुमेर एक पर्वत है, हिमालय पर्वत बहुत उच्चा है। इस इलाके का मौसम जिहड़ा वो भगती करन वास्ते चंगा सी, बर्फां विच है ते सिख है, जप नहीं सिख नहीं है। सिख का पहला जप सबजैक्ट जिहड़ा कुछ जपना, फिर उस जप नू सुनना, फिर उन्हूं प्रेम करना, फिर उन्हूं जानना, यह है सिखी का मूल सिद्धांत जिहड़ा गुरु बाबा जी सिद्धां नू कह रहे ने। उन्हां पुछिया ताकत तुहाडे कोल कित्थों आई, कहन लगे असीं रब नू जपिया, हों जपिया परमेशरो। कहिंदे किवें जपिया, जपदे ते असीं भी हाँ, बड़े लोग जपदे, हुण इत्थे आ के फर्क पै गया, जपण वालियां दी कमी नहीं, पर किवें जपदे ने इस चीज़ विच फर्क बहुत ज़्यादा है। जपण वाले गुरु साहब तो पहला भी सन, राम राम जपण वाले सारी तरह के सन, कोई खुदा जपदा सी, कोई राम सी, कोई हरी जपदा सी। आपां भी हुण अपने धर्म के अनुसार सारे जपने, पर वो जाप किहड़ा जिन्हों गुरु साहब कह रहे हैं, वो जाप है जिदे विच जपण वाला जागया होया है, जो कुछ जप रहा है उन्हों चंगी तरह जाग के सुन रहा है, सुता होया नहीं। सौण का मतलब है कि ख्यालों में पिया होया, वो सुता नहीं है, जाग के जप रहा है। जिवें आपां इत्थे बैठे हाँ, जे ध्यान विचों निकल गया बाहर चला गया, ये जाप नहीं, ना ये स्रोत है, ना ये बोलना। ये चीज़ उन्होंने कही कि असी जपया है, तो सिद्धा ने कहा महाराज जप जपते तो असी भी हाँ, होर असी की करने इत्थे, साडा काम भी ध्यान लाना ही है, साडा काम भी जपना ही है। सतगुरु ने कहा ध्यान तुसी भी लाउंदे हो, पर तुहाडा ध्यान है जिवें पहला बेनती कीती है, केवल ध्यान दी तुहाडी इच्छा है भी असी समाधियां ला के ताकत कट्ठी करिए, असी कुछ बनीए, लोग सानू जानन, साडी पूजा होवे। ये तुहाडा मत वखरा है, साडा मत यह है जप के कुछ बनना नहीं, जप के अपने अंदर नू मिटाना है, हौ मैं नू खत्म करना है, मैं नू मारना, ये फर्क पै गया। तो मैं भी बेनती करते हैं जे आप भी कुछ जप रहे हैं, कुछ बनन वास्ते जप रहे हैं, तो फिर यह भी योग मत, इस तो वध कुछ भी नहीं है। जे सिख जपता है अपनी मैं मारन लई, अपने आप को बदलने लई, फिर वो सिखी भावना वाला जप है। इस करके दो चीज़ा ने धर्म के विच, दो चीज़ा काम कर दियां ने, एक किरिया ते एक प्रेम। एक किरिया ते एक नीयत, उस किरिया दे विच काम की, किरिया दे अर्थ ने काम करना। काम चंगा है, जरूरी नहीं बंदे दी नीयत भी चंगी हो, ख्याल रख, काम वधिया भी हो सकता, किरिया चंगी भी हो सकती, जरूरी नहीं काम भी चंगा हो। मैं कई बार उदाहरण दित्ती, फिर दोहरा दिया, दो आदमी जा रहे ने, काम दोवां दा इक्को जिहा है, काम दोवां दा चंगा है, काम केड़ा दोवां दी जेब विच दाणे ने,
एक जा रहा है वह किनारे जा रहा दरिया के उत्ते उन्हें वेख्या भी विच मछियां ने दया आ गई जेब विचों दाने कटे पानी में सिट दिते मछियां ने खा लै उहदे मन नूं शांति आ भी इन्होंने कुछ खाधा है किरिया है वह भी दूजा आदमी उत्थों दी आ रहा लंघिया किरिया काम उन्हें भी उही किया उहदी जेब विच भी दाने उसे तरह अपनी जेब में हथ पा के उन्हें भी दाने कटे उन्हें उसे तरह उन्हें मछियां दे के दाने सिट दिते मछियां आईया पर उहदे दूजे हथ विच जाल सी उन्हें जाल सिटिया ते मछियां फड़ लिया सारियां बाहर कढ़ लिया फर्क बहुत पै गया काम दोवां दा इक्को सी आरंभता दोवां दा इक्को सी इस तरह यह ख्याल रखना कई बार किरिया चंगी होंगी भावना बाड़ी होंगी विच निशाना की है मनुख कादे वास्ते अरदास कर रहे कादे वास्ते जा रहे कारज की होता इस करके गुरसिखी की अरदास सरबत के भले तो शुरू होंगी है सरबत के भले तो शुरू भी होंगी है तो खत्म भी इतने होंगी है मैं किसी सज्जन की एक पोथी पढ़ रहा सी कहें जो मैं जुड़न वास्ते बैठना तो अपने मन के मैं ख्याल बहर न कड़ना सारे संसार का भला मंगना मेरा मन उत्थे एकाग्र हो जाता बाणी पढ़ने मेरा मन शांत होने लग पा हो सकता है मनुख बाणी पढ़ पढ़ रहा है सिमरन कर रहा है अंदरों लोगों के नाल ईरखा कर रहा है बाहरी किरिया इको जी हो गई अंदरली भावना में तब्दीली आ गई इस करके जो सतगुरु कहिंदे ने जपते असी भी हाँ जपते तुसी भी हो सिद्ध कहिंदे आपां इको जी हाँ हजूर कहिंदे कोई जरूरी नहीं इको जी होईए जपण वाले सारे इको जे नहीं पुछया फर्क की है हजूर ने कहा जपते कादे वास्ते हुए दसो कादे वास्ते जपते कहिंदे जपी दा इस वास्ते साढ़े शरीर में शक्तियां ने सारे लोगों के शरीरों में है वो जाग पैणगियां रहिंदियां सिद्धियां उन्हां दी वरतों कर लांगे संसार में पूजा होगी सतगुरु ने कहा जिन्हें तुहानू बनाया है उहदे प्यार में भी कदी जपिया उहदे अगे भी कदी झुके हो कहण लगे वो पता नहीं कित्थे रहिंदा असीं ते अपनी दुकान चलाउणी है कहिंदे बस यही फर्क है तुहाडे ते साडे विच तुसीं इन्हां नाटकां चाट चेटकां विच पए हो असी उस मार्ग को दुनिया में दसना जिहड़ा बिल्कुल परमात्मा का खालस है शुद्ध है जिहड़ा नाटक चेटक तो रहित है और इत्थे कह रहे ने हों जपिया परमेशरो मैं परमेशर की आराधना की फिर कहिंदे ने भाउ भगत संग ताड़ी लाई जिथे उन्हूं जपिया उत्थे एक चीज अंदर रखी भाउ भाउ का अर्थ है प्रेम भाव भगत वह भगती जिहड़ी प्रेम नाल कीती जाए फिर सतगुरु ने एक होर वचन किया कहिंदे ताड़ी लाई ताड़ी का अर्थ ध्यान लाना क्योंकि उन्हां दा जिहड़ा सवाल सी ना वह शक्ति नाल संबंधित सी तुसीं सुणिया पहला उन्हां पुछिया सी कौन शक्त तुहे इत्थे लियाई जे ते कला रब नूं मिलना उत्थे ताड़ी दी लोड़ नहीं ध्यान दी बहुती लोड़ नहीं पैंदी सीधा प्रेम उहनूं जपना है पर इत्थे दुनिया विच शक्ति तों बिना भी कम नहीं चलदा इस करके जे शक्ति दी लोड़ ते ताड़ी लाई उस भाव भगती दे विच ध्यान लाए ध्यान विच शक्ति आउंदी जदों ध्यान एकाग्र होवेगा उहदे विच ताकतां होणगियां ਇਹ ਜਿਹੜੀ ਵਿਆਖਿਆ ਆਪ ਜੀ ਨੇ ਸਾਂਝੀ ਕੀਤੀ ਜਿੱਥੇ ਗੁਰੂ ਸਾਹਿਬ ਰਿੱਧੀਆਂ ਸਿੱਧੀਆਂ ਨਾਟਕਾਂ ਚੇਟਕਾਂ ਦਾ ਵਿਰੋਧ ਕਰਦੇ ਇਹਦਾ ਅਰਥ ਇਹ ਨਹੀਂ ਕਿ ਬੰਦਗੀ ਕਰਨ ਵਾਲੇ ਦੇ ਵਿੱਚ ਤਾਕਤਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਨਹੀਂ ਆਉਂਦੀਆਂ ਆਉਂਦੀਆਂ ਨੇ ਪਰ ਉਹ ਨਿਸ਼ਾਨਾ ਨਹੀਂ ਹੁੰਦਾ ਸਹਿਜ ਸੁਭਾਅ ਆ ਜਾਂਦੀਆਂ ਸਿੱਖ ਉਹਨਾਂ ਦੀ ਵਰਤੋਂ ਨਹੀਂ ਆਪ ਕਰਦਾ ਗੁਰੂ ਦੇ ਹੁਕਮ ਤੋਂ ਬਾਅਦ ਤਾਕਤ ਹੈ ਜਿੱਥੇ ਰੱਬ ਨਾਲ ਸਾਂਝ ਬਣੇਗੀ ਤਾਕਤ ਤੇ ਉੱਥੇ ਆਉਣੀ ਸਾਧ ਸੰਗਤ एक आम संसारी बंदे नाल तुसी मित्रता पा लो जिहदी सरकारी दरबारे चलदी है बंदे विच ताकत आ जांदी ना वड्डे बंदे नाल जुड़िया यह फिर प्रतक है जे सब तो वड्डे नाल जुड़िया तो शक्ति उहदे विच जरूर है आई उहदे ताकत आ गई पर ताकत आउण दे बावजूद वह नियम दे विच जिउंदा
वो ताकत की दुरवरतों नहीं करता। इत्थे कह रहे हैं सतगुरु असी भावना दे नाल भगती की उन्हूं जपिया ते उहदे नाल ताड़ी लाई आखण सिद्ध सुन बालिया। ये जिहड़ियां पोथियां ने ना इन्हां विच पाठ विच किते किते फर्क है। भाई गुरदास जी दीआं वारां विच वक्रे वक्रे, वैसे आम तौर पर जिहड़ी प्रमाणिक भाई गुरदास जी दी वारां दी उचारण मन्निया गया वह भाई साहब भाई वीर सिंह ते भाई हजारा सिंह होरां ने जिहड़े अर्थ किए ने उन्होंने अखर ठीक मंगे गए मने गए। इतने हम आखण सिद्ध सुन बालिया, पर आम पोथियां दे विच लिखिया होया सिद्ध आखण सुन बाले, भावें अर्थां विच कोई बहुता फर्क नहीं, पर उन्हां सिद्धां ने आख्या हे बालिया सुन, हे बच्चे सुन, अपना नाम तुम देहो बताई, तुसी अपना नाम दसो तुसी कौन हो, तुहानू कौन कहिंदे, तुहाडा नाम की है। गुरु साहिब नूं बच्चा समझदे सन। सतगुरां ने फिर उहदा जवाब दिता कहिंदे बाबा आखे नाथ जी नानक नाम जपे गत पाई। वेखो गुरु साहिब नूं किन्नियां कामयाबियां मिलियां सन, वड्डे वड्डे सिद्ध वड्डे वड्डे इस तरह के भटके हुए लोग पंडित मुला फकीर आदि कई धार्मिक पंडित उन्होंने जेडे गलत राह पर जा रहे सन उन्होंने सीधे राह पर पाया निभाया अपने अगे ये सारा कुछ करके फिर सिद्धां कोल गए ने ते वह कहिंदे ने बच्चा बाला ते फिर उन्होंने ये नहीं कहिंदे भी मैनू बच्चा ना क्या जे तुसी जानदे ने मैनू धरती ते जाके वेखो मेरा नाम चलता इस तरह नहीं किया उन्होंने सुन लिया जो कुछ किया। गुरु साहब ने किसी का अखरां दे विच किते विरोध किया ही नहीं, अगले आदमी नूं बोधन दिता कि वह पूरी तरह बोल लवे उहदे विच की है, फिर उहदा जवाब दिता थोड़े शब्दों में और उहनूं ला लिया उस हंकार की चोटी तो जिहदे ते सारी उम्र उहने गवा दित्ती सी। इत्थे जदों उन्हें पुछया भी अपना नाम तुम दिओ बताई तो गुरु साहब ने फिर कहा बाबा आखे नाथ जी, फिर भी उन्होंने जी कहा सत्कार किया नानक नाम जपे गत पाई। फिर भी जदों नानक कहा नाल फिर नाम की गल की कहिंदे मेरा नाम नानक है तो मैं नाम जप के इस उच्ची गति प्राप्त किया। उन्हें फिर कहा भी नाम तो बड़े लोग जपते हैं तुसी केड़ा वखरा, तो सतगुरु ने कहा नीच कहाए ऊच कर आई, मैं अपने आप को निवा दिता है अपने आप को नरम कर दिता। निवाउण का मतलब परमात्मा के अगे झुका दिता, निम्रता के घर में आके जपया। सतगुरु इत्थे जवाब दे रहे हैं उन्होंने इन सारिया पंक्तियों के आओ प्यार साहब एक पंक्ति पढ़िए जिदे विच गुरु साहब सिद्धां दे सवाल का जवाब दिता है। हों जपिया परमेश्वरो भाओ भगत सिंह ताड़ी लाई सारिया ने यह हाजरी लवानी आप जी ने। हों जपिया परमेश्वरो हों जपिया परमेश्वरो हों जपिया हों जपिया परमेश्वरो हों जपिया परमेश्वरो भाव भगत संग ताड़ी लाई भाव भगत संग ताड़ी लाई सिद्ध आखण सुन बालिया सिद्ध आखण सुन बालिया अपना नाम तुम देहो बताई अपना नाम तुम देहो बताई बाबा आखे नाथ जी बाबा आखे नाथ जी नानक नाम जपे गत पा
नाम जपे गत पाई, नानक नाम जपे गत पाई, नानक नाम जपे गत पाई। हों जपया परमेश्वरो, हों जपया परमेश्वरो, संग ताड़ी लाई पाओ, भगत संग ताड़ी लाई पाओ, भगत इस तरह अगे वालिया तीन चार पौड़िया सिद्धा नाल विशेष तौर पर गुरु साहब की वार्ता भाई साहब भाई गुरदास जी लिखते हैं। आने वाले दिन आप विचारते रहेंगे, इन बेनती प्रवान कर विचारा कर दिया बेअंत प्रकार दिया भुलां दी खिमा। वाहिगुरु जी का खालसा, वाहिगुरु जी।